ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 85560021 ਦੇਖਾਂਗੇ ਜੋ ਸਰਕਾਰ ਨੇ ਵਾਅਦੇ ਕੀਤੇ ਹੈ ਦੇਖਾਂਗੇ ਜੋ ਸਰਕਾਰ ਨੇ ਲਿਖਤੀ ਦਿੱਤਾ ਹੈ ਉਹਦੇ ਪਰ ਪੂਰੀ ਚੜ੍ਹਦੀ ਹੈ ਕਿ ਨਹੀਂ ਚੜ੍ਹਦੀ 15 ਜਨਵਰੀ ਨੂੰ ਸੰਯੁਕਤ ਮੋਰਚੇ ਦਾ ਐਲਾਨ ਕੀਤਾ ਹੈ ਕਿ ਦੁਬਾਰਾ ਮੀਟਿੰਗ ਹੋਏਗੀ ਅੰਦੋਲਨ ਜਾਰੀ ਰਹੇਗਾ ਕਮੇਟੀ ਨੂੰ ਵੀ ਛੱਡ ਦਿਓ MSP ਦੇ ਮਾਮਲੇ ਦੇ ਉੱਤੇ ਸਰਕਾਰ ਇੱਥੋਂ ਤੱਕ ਲੈਣ ਦੀ ਜ਼ਰੂਰਤ ਸਾਡੇ ਕਿ ਭਾਰਤ ਸਰਕਾਰ ਨੇ ਹੋਰ ਦੂਸਰੇ ਕੰਟਰੀਆਂ ਦੀਆਂ 46 ਕੰਟਰੀਆਂ ਬੜੀ ਇਤਿਹਾਸਕ ਜਿੱਤ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਹੈ ਵੀ ਇਸ ਲਈ ਸਾਡਾ ਹਿੰਦੁਸਤਾਨ ਤੱਕ ਸਾਰੇ ਕਿਸਾਨਾਂ ਨੂੰ ਇੱਕ ਪਲੇਟਫਾਰਮ ਥੱਲੇ ਇਕੱਠੇ ਕੀਤਾ ਜਿਹਦੀ ਵਜ੍ਹਾ ਨਾਲ ਇਹ ਜਿੱਤ ਹੋਈ ਹੈ ਔਰ ਉਸ ਤੋਂ ਵੀ ਵੱਡੀ ਜਿੱਤ ਹੈ ਕਿ ਸੰਯੁਕਤ ਮੋਰਚਾ ਇੱਕ ਉਦੋਂ ਵੀ ਇੱਕ ਮੁੱਠ ਹੋ ਕੇ ਇੱਥੋਂ ਜਾ ਰਿਹਾ ਖੁਸ਼ੀਆਂ ਮਨਾਉਂਦਾ ਔਰ ਅਸੀਂ ਲਗਭਗ ਆਪਣੀਆਂ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਮਨਵਾ ਕੇ ਗਏ ਹਾਂ ਔਰ ਜਿਹੜੀ ਵੀ ਕੋਈ ਮੰਗ ਮਾੜੀ ਰਹਿ ਗਈ ਜਿਵੇਂ MSP ਦੀ ਗੱਲ ਹੈ ਉਹਦੇ ਵਾਸਤੇ ਅਸੀਂ ਦਰਵਾਜ਼ੇ ਖੋਲ੍ਹ ਕੇ ਗਏ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਨਾਲ ਜਿਹੜੀ ਹੈ ਜ਼ਬਰਦਸਤ ਲੜਾਈ ਅਸੀਂ ਦੇ ਸਕੀਏ ਇਸ ਲਈ ਇਹ ਮੋਰਚਾ ਜਿਹੜਾ ਅਸੀਂ ਸਥਗਿਤ ਕੀਤਾ ਨਾ ਕਿ ਇਹਨੂੰ ਖਤਮ ਕੀਤਾ ਸਾਡਾ ਅੰਦੋਲਨ ਹੈ ਜਿਹੜਾ ਕਿਸਾਨੀ ਮੰਗਾਂ ਬਾਰੇ ਉਹ ਚੱਲਦਾ ਰਹੂਗਾ ਬਿਲਕੁਲ ਇਸੇ ਤਰ੍ਹਾਂ ਇੱਕਜੁੱਟ ਪੰਜਾਬ ਦਾ 32 ਕਿਸਾਨ ਜਥੇਬੰਦੀਆਂ ਦਾ ਔਰ ਸਾਡਾ ਜਿਹੜਾ ਹੈਗਾ ਅਸੀਂ ਇਸ ਜਿੱਤ ਦੀ ਖੁਸ਼ੀ ਵਿੱਚ ਪਰਸੋਂ ਨੂੰ ਫਤਿਹ ਮਾਰਚ ਕੱਢਣਾ ਕੱਲ੍ਹ ਨੂੰ ਸਾਡੇ ਇਸ ਕਰਕੇ ਅੱਗੇ ਪਾਤਾ ਕਿ ਦੇਸ਼ ਦੇ ਜਿਹੜੇ ਥਲ ਸੈਨਾ ਅਧਿਆਕਸ਼ੀ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਕੱਲ੍ਹ ਨੂੰ ਹੋਣੀ ਹੈ ਹਵਾਈ ਹਾਦਸੇ 'ਚ ਉਹਨਾਂ ਦੀ ਮੌਤ ਹੋ ਗਈ ਅਤੇ ਸਾਡੇ ਕੁਛ ਹੋਰ ਜਰਨੈਲਾਂ ਦੀ ਅਤੇ ਇਸ ਕਰਕੇ ਅਸੀਂ ਪਰਸੋਂ 'ਤੇ ਪਾਇਆ ਪਰਸੋਂ ਨੂੰ ਅਸੀਂ ਲਗਾਤਾਰ ਜਿਹੜਾ ਫਤਿਹ ਮਾਰਚ ਦੋ ਤਰਫਾਂ ਤੋਂ ਨਿਕਲਣਾ ਇੱਕ ਸਿੱਕਰੀ ਬਾਰਡਰ ਤੋਂ ਦੂਜਾ ਸੰਘੀ ਤੋਂ ਇਹਨੇ ਪਹਿਲੀ ਰਾਤ ਜਾ ਕੇ ਫਤਿਹਗੜ੍ਹ ਸਾਹਿਬ ਕੱਟਣੀ ਹੈ ਉਸ ਤੋਂ ਬਾਅਦ ਅਗਲੇ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਸਾਰੇ ਆਪੋ ਆਪਣੇ ਘਰਾਂ ਨੂੰ ਜਾਣਗੇ ਇੱਧਰ ਟਿੱਕਰੀ ਬਾਰਡਰ ਦੀ ਜਿਹੜੀ ਹੈ ਉਹ ਫਤਿਹਾਬਾਦ ਸਰਸਾ ਹੁੰਦਾ ਹੋਇਆ ਰਤੀਏ ਬੋਹੇ ਜਾ ਕੇ ਰਾਤ ਨੂੰ ਦਾਣਾ ਮੰਡੀ ਦੇ ਵਿੱਚ ਰਾਤ ਕੱਟੇਗਾ ਅਗਲੇ ਦਿਨ ਖੁਸ਼ੀਆਂ ਮਨਾਉਂਦਾ ਹੋਇਆ ਲੋਕ ਇਹਦਾ ਸਵਾਗਤ ਕਰਨਗੇ ਸਾਰੇ ਦਾ ਉਹ ਜਾਣਗੇ ਔਰ ਅਸੀਂ 13 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਜਾਣਾ ਹੈ 13 ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਮਾਲਵੇ ਦੇ ਸਾਡੇ ਆਗੂ ਹੋਣਗੇ ਉਹ ਹਰੀ ਕੇ ਪੱਤਣ 'ਤੇ ਇਕੱਠੇ ਹੋਣਾ ਔਰ ਜਿਹੜੇ ਸਾਡੇ ਆਗੂ ਇੱਧਰੋਂ ਜਾਣਗੇ GT ਰੋਡ ਸਾਈਡ ਤੋਂ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਵਿਆਸਾ ਦਰਾ ਦੇ ਉਸ ਦੇ ਪਾਰ ਕਰਕੇ ਉੱਥੇ ਇਕੱਠੇ ਹੋਣਾ ਅਸੀਂ 11 ਵਜੇ ਤੋਂ 12 ਵਜੇ ਦੇ ਕਰੀਬ ਅਸੀਂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਉਸ ਤੋਂ ਬਾਅਦ ਜਲਿਆਂਵਾਲਾ ਬਾਗ ਅਤੇ ਹੁਸੈਨੀ ਵਾਲਾ ਸਾਡੇ ਸ਼ਹੀਦਾਂ ਨੂੰ ਸਜਦਾ ਕਰਨ ਵੀ ਜਾਣਗੇ।